ਸਤਿ ਸ਼੍ਰੀ ਅਕਾਲ, ਸਵਾਗਤ ਜੀ। ਕਾਫੀ ਦਿਨਾਂ ਬਾਅਦ ਮੌਕਾ ਮਿਲਿਆ ਇਸ ਮੰਚ ਤੇ ਲਾਈਵ ਕਰਨ ਦਾ। ਵੈਸੇ ਅਸੀਂ ਵੱਖ ਵੱਖ ਐਕਸਪਰਟਸ ਨਾਲ ਬੈਠਦੇ ਹਾਂ, ਬਟ CFC ਨਾਲ ਕਾਫੀ ਸਮੇਂ ਬਾਅਦ ਅਸੀਂ ਗੁਰਪ੍ਰੀਤ ਜੀ ਨਾਲ ਬੈਠੇ ਹਾਂ। ਔਰ ਇਹ ਕੰਪਨੀ ਜਿੱਥੇ ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵੀਜ਼ਾਜ਼ ਦੇ ਵਿੱਚ ਮਹਾਰਤ ਰੱਖਦੀ, ਉਹਦੇ ਨਾਲ ਨਾਲ ਭਾਰਤ ਸਰਕਾਰ ਦੇ ਲਾਇਸੈਂਸ ਤਹਿਤ ਬਹੁਤ ਸਾਰਾ ਵਿਦਿਆਰਥੀ ਇਹਨਾਂ ਤੋਂ ਕੰਸਲਟੈਂਸੀ ਲੈਂਦਾ ਵਰਕ ਪਰਮਿਟ ਦੀ। ਪੰਜਾਬ ਦੇ ਵਿੱਚ ਦੋ ਤਿੰਨ ਏਜੰਸੀਜ਼ ਕੰਪਨੀਜ਼ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਇੱਕ ਅੱਛਾ ਉਪਰਾਲਾ ਕੀਤਾ, ਜਿਹੜੇ ਵਿਅਕਤੀਆਂ ਕੋਲ ਸਕਿੱਲਸ ਨੇ ਉਹ ਵਰਕ ਫੋਰਸ ਲਈ ਵਿਦੇਸ਼ਾਂ ਦੇ ਵਿੱਚ ਜਾ ਸਕਦੇ ਨੇ। ਸੋ ਤੁਸੀਂ ਸਾਡੇ ਲਈ ਜੁੜੇ ਰਹੋਗੇ। ਅਸੀਂ ਅੱਜ ਇਟਲੀ, UK, ਕੈਨੇਡਾ, ਆਸਟ੍ਰੇਲੀਆ ਦੀ ਗੱਲ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਵੀ ਇੱਕ ਯੂਨੀਕ ਪ੍ਰੋਡਕਟ, ਜਿਹੜੇ ਵਿਦਿਆਰਥੀਆਂ ਦਾ ਵੀਜ਼ਾ ਨਹੀਂ ਆ ਰਿਹਾ ਉਹ ਕਿਵੇਂ ਲੈ ਕੇ ਆਪਣੀ ਸਟੱਡੀ ਫਰਦਰ ਸਟਾਰਟ ਕਰ ਸਕਦੇ ਨੇ ਆਸਟ੍ਰੇਲੀਆ ਦੇ ਵਿੱਚ, ਇੱਕ ਸੁਨਹਿਰੀ ਮੌਕਾ ਹੈ। ਅਦਰਵਾਇਜ਼ ਅਸੀਂ ਇੱਥੇ ਅਪਲਾਈ ਕਰਦੇ ਹਾਂ, ਦਿਲ ਦੇ ਵਿੱਚ ਡਰ ਰਹਿੰਦਾ ਰਿਫਿਊਜ਼ ਹੋਣ ਦਾ, ਹੋ ਵੀ ਜਾਂਦਾ ਤਾਂ ਦੁਬਾਰਾ ਵੀਜ਼ਾ ਨਹੀਂ ਲੱਗਦਾ। ਸੋ ਕਾਫੀ ਸਾਰੀਆਂ ਆਪਸ਼ਨਸ CFC ਵੱਲੋਂ ਵੱਖ ਵੱਖ ਪਲੇਟਫਾਰਮਸ ਰਾਹੀਂ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ। ਔਰ ਨਾਲੋ ਨਾਲ ਅਸੀਂ ਕਾਲ ਦਾ ਪ੍ਰੋਵੀਜ਼ਨ ਵੀ ਰੱਖਿਆ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਈ ਵਾਰ ਹੁੰਦਾ ਕਿ ਮੈਂ ਹੁਣੇ ਸਵਾਲ ਪੁੱਛ ਲਾਂ ਤਾਂ ਕਿ ਕਾਉਂਸਲਿੰਗ ਤੋਂ ਪਹਿਲਾਂ ਮੈਂ ਇੱਕ ਵਾਰ ਯੈਸ ਨੂੰ ਕਰਵਾ ਲਾਂ। ਸੋ ਤੁਸੀਂ ਸਾਨੂੰ ਲਾਈਵ ਕਾਲ ਵੀ ਕਰ ਸਕਦੇ ਹੋ। ਗੁਰਪ੍ਰੀਤ ਜੀ, ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਥੈਂਕ ਯੂ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸ਼ੁਰੂਆਤ ਕਰੀਏ ਜੀ, ਸਭ ਤੋਂ ਪਹਿਲਾਂ ਆਸਟ੍ਰੇਲੀਆ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੈਲੰਜਸ ਆ ਰਹੇ ਨੇ ਕਿ ਇੱਥੋਂ ਵੀਜ਼ਾ ਨਹੀਂ ਲੱਗਦਾ। ਕਈ ਵਾਰ ਜੇ ਲੱਗ ਵੀ ਜਾਂਦਾ ਰਿਫਿਊਜ਼ ਆ ਜਾਂਦਾ ਤਾਂ ਵਿਦਿਆਰਥੀ ਦੇ ਇੱਕ ਆਪਸ਼ਨ ਹੀ ਬੰਦ ਹੋ ਜਾਂਦੀ ਕਿ ਦੁਬਾਰਾ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ। ਸੋ ਡਰੇ ਹੋਏ ਵਿਦਿਆਰਥੀਆਂ ਲਈ ਤੁਸੀਂ ਦੱਸ ਰਹੇ ਸੀ ਕਿ ਕੁਝ ਹੋਰ ਆਪਸ਼ਨਸ ਲੈ ਕੇ। ਰਣਵੀਰ ਜੀ, ਆਸਟ੍ਰੇਲੀਆ ਨੇ ਕਲਚਰ ਪ੍ਰੋਗਰਾਮ ਜਿਹੜਾ ਹੈ ਉਹ ਸਟਾਰਟ ਕੀਤਾ ਹੈ। ਕਲਚਰ ਪ੍ਰੋਗਰਾਮ ਜਿਹੜਾ ਕਿ ਬੱਚਾ ਇੱਥੋਂ ਟੂਰਿਸਟ ਵੀਜ਼ੇ 'ਤੇ ਅਪਲਾਈ ਕਰਕੇ ਵੀਜ਼ਾ ਲੈ ਕੇ ਜਾਂਦਾ ਹੈ ਅਤੇ ਉੱਥੇ ਜਾ ਕੇ ਆਪਣਾ ਸਟੱਡੀ ਪਰਮਿਟ ਵਰਕ ਜਿਹੜਾ ਹੈ ਉਹ ਕਨਵਰਟ ਕਰਵਾ ਲੈਂਦਾ ਹੈ। ਉਹਦੇ ਵਿੱਚ ਨਾ ਤਾਂ ਬੱਚੇ ਦਾ ਆਈਲੈਟਸ ਜਿਹੜਾ ਹੈ ਉਹ ਉੱਥੇ ਉਹਨੂੰ ਜ਼ਰੂਰਤ ਹੈ, ਦੂਸਰਾ ਜਿਹੜਾ ਬੱਚਾ COE ਦੇ ਚੱਕਰ 'ਚ ਇੱਥੇ ਫੰਡ ਜਸਟੀਫਿਕੇਸ਼ਨ ਦਿੰਦਾ ਹੈ, ਗੈਪ ਜਸਟੀਫਿਕੇਸ਼ਨ ਵੀ ਦਿੰਦਾ ਹੈ ਅਤੇ COE ਨਹੀਂ ਬੱਚੇ ਦੀ ਨਿਕਲਦੀ, ਕਿੰਨੇ ਕਿੰਨੇ ਮਹੀਨੇ ਬੱਚਾ ਵੇਟ ਕਰਦਾ ਹੈ ਅਤੇ COE ਵੀ ਉੱਥੇ ਈਜ਼ੀਲੀ ਬੱਚੇ ਨੂੰ ਜਿਹੜੀ ਕਿ ਕਨਫਰਮੇਸ਼ਨ ਆਫ ਇਨਰੋਲਮੈਂਟ ਈਜ਼ੀਲੀ ਪ੍ਰੋਵਾਈਡ ਹੋ ਜਾਂਦੀ ਹੈ। ਅਤੇ ਇਸ ਟਾਈਮ ਜਿੰਨਾ ਸਾਡਾ ਸਟੂਡੈਂਟ 18, 19, 20, 21 ਪਾਸ ਆਊਟ ਹੈ ਉਹਨੂੰ ਅਸੀਂ ਕਲਚਰ ਪ੍ਰੋਗਰਾਮ ਦੇ ਵਿੱਚ ਕਨਵਰਟ ਕਰ ਰਹੇ ਹਾਂ। ਹੈਲੋ ਜੀ, ਹਾਂਜੀ ਸਰ, ਮੈਂ ਕੈਨੇਡਾ ਦੇ ਬਾਰੇ ਪੁੱਛਣਾ ਸੀ। ਕੈਨੇਡਾ ਬਾਰੇ ਪੁੱਛਣਾ ਜੀ, ਕੀ ਪੁੱਛਣਾ? ਸਰ ਐਕਚੁਅਲੀ ਮਤਲਬ ਮੈਂ ਨਾਮ ਦਾ ਪੇਜ ਫੋਲੋ ਕੀਤਾ ਹੋਇਆ ਇਹਨਾਂ ਦਾ, ਕਾਫੀ 1 ਸਾਲ ਤੋਂ ਮਤਲਬ ਇਹਨਾਂ ਨਾਲ ਜੁੜੀ ਹੋਈ ਹਾਂ ਪੇਜ 'ਤੇ ਜੀ। ਤੇ ਮੇਰਾ ਨਾ ਐਕਚੁਅਲੀ 2 ਜੋ ਸਾਡੇ ਬੈਂਕ ਜੁੜੇ ਓਵਰਆਲ 6 ਨੇ, ਮੈਂ ਦੱਸ ਮਤਲਬ ਸਾਲ ਆਪਣਾ ਇਸੇ ਚੱਕਰ 'ਚ ਨਹੀਂ ਲੈ ਗਈ, ਪਹਿਲੇ ਕੀ ਪਤਾ ਨਹੀਂ ਵੀਜ਼ਾ ਆਉਣਾ ਨਹੀਂ ਆਉਣਾ, ਬਟ ਇਹਨਾਂ ਦੇ ਮੈਂ ਹੁਣ ਜਿਵੇਂ ਕਾਫੀ ਵੀਜ਼ਾ ਰੇਸ਼ੋ ਦੇਖ ਰਹੀ ਹਾਂ ਕਿ ਇਹਨਾਂ ਦੇ ਵੀਜ਼ਾ ਆ ਰਹੇ ਨੇ 2 ਜੋ ਸਾਡੇ ਬੈਂਕ ਦੇ, ਇਸ ਤਰ੍ਹਾਂ ਦੀਆਂ ਪ੍ਰੋਫਾਈਲ ਜਿਸ ਤਰ੍ਹਾਂ ਦੱਸ ਰਹੇ ਨੇ, ਮੈਂ ਤਾਂ ਆਪ ਅੱਜ ਤੁਹਾਡੇ ਨਾਲ ਕਾਫੀ ਦਿਨਾਂ ਬਾਅਦ ਬੈਠਾ ਸ਼ੋ ਕਰਨ, ਦੇਖਿਆ ਨਹੀਂ ਜਾ ਰਿਹਾ ਸੋਸ਼ਲ ਮੀਡੀਆ ਕੰਮਾਂ ਕਾਰਾਂ ਕਰਕੇ ਕਿ ਵਾਕਈ ਕੁਛ ਆਏ ਵੀਜ਼ਾ 1 ਮਡਿਊਲ ਸਾਡੇ 5। ਬਿਲਕੁਲ ਰਣਵੀਰ ਜੀ, ਜਦੋਂ ਵੀ ਅਸੀਂ ਬੱਚੇ ਦਾ ਅਪਲਾਈ ਕਰਦੇ ਹਾਂ ਨਾ ਤੇ ਕੈਨੇਡਾ ਦੇ ਵਿੱਚ ਇੱਕ ਮਿਥ ਬਣੀ ਹੋਈ ਹੈ, ਨੋਨ ਐਸਟੀਐਸ ਕੈਟਾਗਰੀ ਦੇ ਵੀਜ਼ਾ ਜਿਹੜੇ ਆ ਉਹ 2 ਜੋ ਸਾਡੇ 5, 1 ਜੋ ਸਾਡੇ 5 ਵਾਲੇ ਬੱਚਿਆਂ ਦੇ ਵੀਜ਼ਾ ਨਹੀਂ ਨਿਕਲਦੇ। ਤੇ ਇਹ ਜਿਹੜੇ ਬੱਚੇ ਆ, ਅਸੀਂ ਪਿੱਛੇ ਜੇ 4-5 ਵੀਜ਼ਾ ਹੁਣੇ ਲੇਟੈਸਟ ਲਏ ਆ, ਲਾਸਟ ਵੀਕ ਜਿਹੜੇ ਅਸੀਂ ਜਿਵੇਂ ਸੋਸ਼ਲ ਮੀਡੀਆ ਪੇਜ 'ਤੇ ਆਏ ਹੋਏ ਨੇ, ਤੇ ਕਿਊਬਿਕ ਮੋਂਟਰੀਅਲ ਦੇ ਵਿੱਚ ਅਸੀਂ ਪਾ ਕੇ ਬੱਚਿਆਂ ਦੇ ਵੀਜ਼ਾ ਲਏ ਨੇ। ਅਸੀਂ ਸਭ ਤੋਂ ਪਹਿਲਾਂ ਨੋ ਕੋਡ ਚੈੱਕ ਕਰਦੇ ਹਾਂ ਬੱਚਿਆਂ ਦੇ, ਲਾਸਟ ਟਾਈਮ ਕਿੰਨੇ ਬੱਚਿਆਂ ਦੇ ਨੋ ਕੋਡ ਤੇ 3 ਈਅਰ ਦਾ ਅਸੀਂ ਚੈੱਕ ਕਰਨ ਤੋਂ ਬਾਅਦ ਕਿੰਨੇ ਬੱਚੇ ਆ, ਕਿਹੜਾ ਕੋਰਸ ਲੈਣਾ ਚਾਹੀਦਾ ਹੈ, ਕਿਹੜੇ ਨੋ ਕੋਡਸ ਦੇ ਉੱਤੇ ਜ਼ਿਆਦਾ ਵਰਕਆਊਟ ਕਰ ਹੋ ਰਿਹਾ ਹੈ, ਕਿਹੜੇ ਸਕਿੱਲਸ ਦੇ ਉੱਤੇ ਜ਼ਿਆਦਾ ਜਿਹੜੀ PR ਕੱਲ੍ਹ ਦੇ ਦਿਨ ਵਰਕ ਪਰਮਿਟ ਆ ਉਹਨਾਂ ਨੂੰ ਕਿਹੜੇ ਬੰਦਿਆਂ ਦੀ, ਕਿਹੜੇ ਕਾਮਿਆਂ ਦੀ ਜ਼ਰੂਰਤ ਆ, ਉਹ ਪ੍ਰੋਪਰ ਵਰਕਆਊਟ ਕਰਕੇ 2 ਜੋ ਸਾਡੇ 5 ਦੀ, ਇਹ ਨਹੀਂ ਮੈਂ ਕਹਿੰਦੀ ਕਿ ਕੋਈ ਵੀ ਜਾ ਕੇ ਫਾਈਲ ਲਾ ਲਏ, ਪ੍ਰੋਪਰ ਵਰਕਆਊਟ ਕਰਨ ਤੋਂ ਬਾਅਦ ਕਿਊਬਿਕ ਮੋਂਟਰੀਅਲ ਸਟੇਟ ਦੇ ਅਸੀਂ 5 ਤੋਂ 7 ਵੀਜ਼ਾ ਜਿਹੜੇ ਸਾਡੇ ਪਿਛਲੇ ਵੀਕ ਦੇ ਵਿੱਚ ਆਏ ਨੇ, 1 ਜੋ ਸਾਡੇ 5, 2 ਜੋ ਸਾਡੇ 5। ਬਟ ਗੱਲ ਇਹ ਆ ਕਿ ਪੋਸੀਬਲ ਹੋਏ, ਮੈਂ ਆਪ ਖੁਦ ਹੈਰਾਨ ਹਾਂ, ਇਹਦੇ ਬਾਰੇ ਚਰਚਾ ਕਰਾਂਗੇ। ਕਾਲ ਲੈਣੇ ਆਪਾਂ ਤੇ 5:30 ਤੇ ਦੁਬਾਰਾ ਆਉਂਦੇ ਹਾਂ ਜੀ ਮੁੜ ਕੇ। ਹੈਲੋ ਹੈਲੋ ਜੀ, ਹੈਲੋ ਜੀ, ਹਾਂਜੀ ਸਰ, ਮੈਂ ਅਸਟ੍ਰੇਲੀਆ ਲਈ ਆਪਣੀ ਫਾਈਲ ਡਿਸਕਸ ਕਰਨੀ ਸੀ ਜੀ। ਹਾਂਜੀ ਪੁੱਛੋ ਜੀ। ਸਰ ਮੈਂ ਐਕਚੁਅਲੀ ਗ੍ਰੈਜੂਏਸ਼ਨ ਕੀਤੀ ਸੀਗੀ 2020 ਦੇ ਵਿੱਚ, ਤੇ ਮੇਰੇ ਕੋਲ ਬੈਂਡ ਸਕੋਰ ਜਿਹੜਾ ਹੈਗਾ 60 ਬੈਂਡ ਸਕੋਰ ਹੈਗਾ ਜੀ ਜੀ, ਬਟ ਕਿਸੇ ਕਾਰਨ ਮੈਂ ਆਸਟ੍ਰੇਲੀਆ ਅਪਲਾਈ ਨਹੀਂ ਕਰ ਪਾਈ ਕਿਉਂਕਿ ਫੰਡ ਦੇ ਚੱਕਰ 'ਚ ਮੇਰਾ ਟਾਈਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ, ਤੇ ਮੇਰੀ ਫਿਰ ਸਲਾਹ ਦਿੱਤੀ ਸੀ ਮੈਨੂੰ, ਤੇ ਮੈਮ ਗੁਰਪ੍ਰੀਤ ਦਾ ਦੱਸਿਆ ਸੀ ਬਹੁਤ ਵਧੀਆ ਸਲਾਹ ਦਿੰਦੇ ਆ ਇਹ, ਕਿ ਉਹਨਾਂ ਦਾ ਵੀ ਸਟੱਡੀ ਵਿੱਚ ਨਹੀਂ ਹੋ ਪਾ ਰਿਹਾ ਸੀਗਾ, ਤੇ ਉਹਨਾਂ ਨੂੰ ਉਹਨਾਂ ਨੇ ਵਿਜ਼ਟਰ ਵੀਜ਼ਾ ਤੇ ਜਾਣ ਦਾ ਕਿਹਾ ਸੀ ਕ
जी तुसी अपना जवाब ले सकते हो। गुरप्रीत जी कुछ कहना चाहते हो? बिल्कुल, जेड़ा तुसी तुहानू रेफरेंस मिलिया है, तुसी कह रहे हो कि साढ़े थ्रू किसी का असी विजिटर वीज़ा जेड़ा लगवा के उन्होंने ऑस्ट्रेलिया भेजे, बिल्कुल ये सच है। तुसी विजिटर वीज़ा जेड़ा है इनू असी कल्चर प्रोग्राम का नाम दिता हुआ है कि बच्चा उत्थे जा के अपनी, हाँ कल्चर एक्सचेंज प्रोग्राम है, ये बच्चा इतों ही पहला असी उहदी स्टडी परमिट जेड़ा है प्लैन करके भेजते हैं बच्चे नू, ते जदों भी वो टूरिस्ट वीज़ा अपलाई इतों करके कल्चर प्रोग्राम के लिए जाता है तो दैन वह असं उत्थे जाके स्टडी परमिट कन्वर्ट कराने, जो तुम साढ़े को अपनी प्रोफाइल लैके आओगे दैन असी सारी सुजैशन तुम्हें देवे, बिल्कुल तुम इस प्रोग्राम अपलाई करके ऑस्ट्रेलिया जा सकते। इस मुद्दे पर आने जी साढ़े पांच ते मैं दोबारा एक बार फिर हैरान हाँ कि दो तीन साल तो तकरीबन कोविड तो बाद, कोविड के दौरान भी ये बड़ी सख्ताई सी कि जी एस डी एस प्रोफाइल जी निकल दी है, जा अक्सर असी टीवी तो भी कहते इस मंच तो कि नहीं साढ़े पांच वाला अपलाई तुम भी कहते होंगे सी जी, बट हूँ क्योबिक करके निकलिया या कोई होर एक्सपीरियंस की कहता है तुहाडा किस तरह प्रोफाइल निकली? रणबीर जी जदों भी वीज़ा अफसर ने वीज़ा ग्रांट करना है, मेन मेरे जो मेरा एक्सपीरियंस है, मेरा पॉइंट ऑफ व्यू है, जो मैं अपनी एक्सपीरियंस तो सीखा है, मेरे अकॉर्डिंगली तुहाडी सब तो पहला जदों तुसी उत्थे जा रहे हो तुहाडा बेस की है, तुहाडा जिथे जिहड़े प्रोविंस दे विच अप्लाई कर रहे हो तुहाडे कोर्सिज की ने, उन्हां दे उत्ते डिपेंड ऑन परसेंटेज आईलैट्स स्कोर सारे आपां एक साइड ते रख दिए, तुहाडी फ्यूचर प्लानिंग्स किवें आ, वाकई वीज़ा अफसर नूं समझ आ रही है, एस ओ पी के जिहड़ियां चीज़ां मैनशन कर रहे हो, अपनी फ्यूचर प्लानिंग्स दस रहे हो, इंडिया वापस आने की जिहड़ी तुसी गरंटी और श्योरिटी दे रहे हो, उन्हां दे विच प्रोपर तुहाडी गलबात दे विच दम हैगा, जां जिहड़े कोर्स दे विच जां जिहड़े प्रोविंस दे विच तुसी अप्लाई कर रहे हो उस प्रोविंस दे विच एलिजिबल है। सो दोबारा एक बार वो समा आ गया कि बच्चे की फाइल है जिहड़ी ते प्रोफाइल है नूं प्रेजेंट करन दा एक तरीका चाहिए जी, बिल्कुल, नहीं तो सवाल उठाते हैं कि तुम पढ़ के करोगे की है ना, तुहाडे कोल ऑप्शनस की ने, जे इंडिया भारत सॉरी वापस बरतना पै गया भारत तुहानू तुहाडे कोल प्लान्स की ने, एम आई राइट ये चीज़ां तुसी कह रहे हो? बिल्कुल यही चीज़ां मैं कह रही हाँ कि प्रोपर तुहाडी फाइल के उत्ते एक प्रेजेंटेशन तैयार होनी चाहिए है तुहाडी फ्यूचर प्लानिंग्स तक कि इंडिया वापस आने तक तुसी कल दिन वापस आने तो तुसी इत्थे आके की करोगे, जदों तुसी प्रोपर तरीके वीज़ा अफसर के सामने अपना केस रखोगे तो 110% मैं कहनी हाँ कि वीज़ा अफसर तुहानू वीज़ा ग्रांट करेगा जे उहदी समझ दे विच तुहाडा केस आउंदा है, अदरवाइज जे अद्धी अधूरी असी फाइल वीज़ा अफसर के सामने रखते हैं उहदे विच तुहाडियां अटेंशनस नहीं क्लीयर, कोर्स लई क्यों जा रहे हो, इस कोर्स तुहाडा इंट्रस्ट क्यों है, उस प्रोविंस दे विच एलिजिबिलिटी बनती है, कोर्स दे विच एलिजिबिलिटी बनती है कि नहीं बनती, उहदे उत्ते वीज़ा ग्रांट नहीं हुंदे जिन्ना चिर प्रोपर तरीके नाल फाइल नूं सिस्टम विच पै के प्रोपर तरीके नाल फाइल दे उत्ते वर्कआउट हुण आउंदे। आपां जिहड़ी तुसीं गल कीती कि इत्थों वीज़ा जे नहीं लगदा तुसीं कल्चरल एक्सचेंज प्रोग्राम दे विच लवा लैंदे हो, पर इन्ना किन्ना सौखा है एक छोटी उम्र दे व्यक्ति नूं ऑस्ट्रेलिया टूरिस्ट विजिटर वीज़ा दे? रणबीर जी इन्ना ईजी नहीं है कि आपां कल्चर एक्सचेंज प्रोग्राम की गल करते हैं, पर बहुत सारा बच्चा एवें दा बैठा होया है जिन्हां दा स्टडी गैप पै गया, एक्चुअल च जेन्युइन स्टडी करन जाना चाहुंदे आ, बच्चा उत्थे जाके कल्चर एक्सचेंज प्रोग्राम लई अप्लाई करदा, उहदी प्रोफाइल की प्रेजेंटेशन किवें तैयार करनी आ, ये नहीं मैं कह रही कि अज ही मेरे को मैं कल्चर प्रोग्राम दे विच कन्वर्ट करके एक्सचेंज प्रोग्राम दे दांगी, सब तो पहला साढ़े कोल प्रोफाइल उहदी चैक होगी, वाकई कल दे दिन असीं उहदी एक्सचेंज करवा पावांगे, स्टडी परमिट उत्थे लै सकांगे। दूसरी गल है जदों असीं विजिटर वीज़ा ते अप्लाई करदे आं उहदे ते असीं की बेस तैयार करना, साड़ी ग्राउंड की होगी, उहदे उत्ते प्रोपर साडी टीम वालों वर्कआउट किया जाता है, इन्ना ईजी नहीं है किसी कोल भी जाके तुसीं कल्चर प्रोग्राम जिहड़ा हैगा अप्लाई करके विजिटर वीज़ा लैके उत्थे जाके स्टडी परमिट च कन्वर्ट करा लोगे, थोड़ा जिहा इहदे विच तुहानूं पेशेंस भी रखने पैणगे, एंड प्लस तुहानूं एक सिस्टम एक ग्राउंड एक बेस पता होना चाहिए है जिहड़ा भी कंसल्टेंट तुहाडा अप्लाई कर। हैलो जी, हैलो, कॉल कट्टी गई गुरप्रीत जी, कि ये ध्यान रखना पैंदा है कि फॉर एग्जाम्पल उन्हों का जुलाई इनटेक है, बच्चे ने कदों जाना है, किन्ने टाइम तो उत्थे कन्वर्ट हो जाता स्टडी वीज़ा, जिम्मे कैनेडा के लॉक पीरियड है कि तुम गए 180 days, जिनके मेरे ख्याल 6 महीने के तुम वापस आना पैंता जी, तो ये चीज़ा ध्यान रखी जाए कि बच्चा उतरिया उन्हें एडमिशन लेनी है, उसका वीज़ा कन्वर्ट होना है, इन्हें होगा कि वापस आना पड़ेगा। रणबीर जी उही मैं शुरू च गल कीती सी कि बच्चे दे इत्थे वीज़ा अप्लाई करन तो पहला ही असी उहदियां यूनिवर्सिटीज कॉलेजेस उहदी एडमिशन ईच एंड एवरीथिंग प्लान करके रखते हैं कि बच्चे ने जांदियां सारा जी उहदी ऑफर लैटर लईए, नाल दी नाल असी एक्सचेंज प्रोग्राम दे विच उहदा अप्लाई करके जिहड़ा है उहदा अगे अप्लाई करके स्टडी परमिट विच उहनूं कन्वर्ट करिए, जे साडे कोल 3 मंथ दा टाइम आ ते असी इस काम नूं 1.5 तो 2 महीने दे विच फिनिश करन दी कोशिश
ਕੋਸ਼ਿਸ਼ ਕਰਦੇ ਆ ਬਟ ਪ੍ਰੋਪਰ ਤਰੀਕੇ ਨਾਲ ਮਾਈਂਡ ਮੇਕ ਕਰਕੇ ਬੱਚਾ ਜਾਵੇ ਜੇ ਉਹ ਵਿਜ਼ਟਰ ਵੀਜ਼ੇ ਤੇ ਜਾ ਰਿਹਾ ਤੇ ਉਹਨੂੰ ਕਨਵਰਜ਼ਨ ਉੱਥੇ ਜਾ ਕੇ ਲੈਣੀ ਹੀ ਪਊਗੀ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਈਜ਼ੀ ਨਹੀਂ ਹੈ ਕਿ ਬੱਚਾ ਉੱਥੇ ਜਾ ਕੇ ਕੱਲ ਦੇ ਦਿਨ ਇਸ ਟੂਰਿਸਟ ਵੀਜ਼ੇ ਨੂੰ ਵਧਾ ਲੂਗਾ ਜਾਂ ਕੁਛ ਵੀ ਹੈ ਇਹ ਚੀਜ਼ਾਂ ਆਪਣੇ ਧਿਆਨ 'ਚ ਰੱਖ ਕੇ ਜਾਵੇ ਉਹਨੂੰ ਸਟੱਡੀ ਪਰਮਿਟ ਕਨਵਰਟ ਕਰਾਉਣਾ ਹੀ ਪੈਣਾ ਨਹੀਂ ਤੇ ਉੱਥੋਂ ਬੈਕ ਆਊਗਾ ਵਾਪਸ ਆ ਜਾਵੇ ਹੈਲੋ ਜੀ ਹੈਲੋ ਜੀ ਸਰ ਮੇਰੀ ਨਾ ਕੈਨੇਡਾ ਦੀ ਰਿਫਿਊਜ਼ਲ ਆਈ ਸੀ ਹਫਤਾ ਪਹਿਲਾਂ ਹਫਤਾ ਪਹਿਲਾਂ ਵਜ੍ਹਾ ਕੀ ਹੈ ਕਾਰਨ ਕੀ ਆਇਆ ਜੀ ਰਿਫਿਊਜ਼ਲ ਦਾ ਸਰ ਕਾਰਨ ਤਾਂ ਪਤਾ ਨਹੀਂ ਏਜੰਟ ਨੂੰ ਹੀ ਪਤਾ ਸੀਗਾ ਕਿਉਂਕਿ ਪੈਕੇਜ ਵਿੱਚ ਸੀਗਾ ਅਸੀਂ ਕਰਵਾਇਆ ਹੋਇਆ ਨਾ ਸਾਰਾ ਓ ਅੱਛਾ ਹੁਣ ਕੀ ਪੁੱਛਣਾ ਚਾਹੁੰਦੇ ਹੋ ਸਰ ਫਿਰ ਮੈਂ ਦੁਬਾਰਾ ਅਪਲਾਈ ਕਰ ਸਕਦੀ ਹਾਂ ਅਪਲਾਈ ਤਾਂ ਚਾਹੇ ਤੁਸੀਂ 100 ਵਾਰ ਕਰੋ 1000 ਵਾਰ ਕਰੋ ਦਿਨ ਰਾਤ ਕਰੋ ਅੰਬੈਸੀ ਨਹੀਂ ਰੋਕਦੀ ਤੁਹਾਨੂੰ ਸਵਾਲ ਦਾ ਵੀਜ਼ਾ ਲੈਣ ਦਾ ਹੈਗਾ ਆਪਣੀ ਪ੍ਰੋਫਾਈਲ ਦੱਸੋ ਸਰ ਮੈਂ ਪਲੱਸ 2 ਕੀਤੀ ਹੈ 2020 ਵਿੱਚ ਜੀ ਹਾਂਜੀ ਪਰਸੈਂਟੇਜ ਕਿੰਨੀ ਆਈਲਸ ਕੀ ਹੈ ਸਰ ਮੇਰੀ 1 ਦੇ ਵਿੱਚ 5.5 ਹੈ ਤੇ ਪਰਸੈਂਟੇਜ ਕਿੰਨੀ ਹੈ ਪਲੱਸ 2 ਚ ਸਰ ਮੇਰੀ ਹੈਗੀ 85% ਜੀ ਜਿਸ ਤਰ੍ਹਾਂ ਇਹ ਚਲੋ ਪ੍ਰੋਫਾਈਲ ਵੀ ਦੱਸਦੇ ਨੇ ਪੈਕੇਜ ਕਰ ਲਿਆ ਏਜੰਟ ਇਹ ਵੀ ਨਹੀਂ ਦੱਸ ਰਿਹਾ ਕਿ ਵਜ੍ਹਾ ਕੀ ਆਈ ਹੈ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸੇਫ ਹੈ ਤਾਂ ਜਿਹੜਾ ਅਸੀਂ ਪੈਕੇਜ ਕਰਦੇ ਹਾਂ ਜੀ ਦੂਸਰਾ ਵਿਦਿਆਰਥੀ ਇੰਨਾ ਲਾਪਰਵਾਹ ਪੰਜਾਬ ਦਾ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਰਿਫਿਊਜ਼ਲ ਕਿਉਂ ਆਈ ਕਿਹੜੇ ਕਾਗਜ਼ ਲੱਗੇ ਅਗਲੇ ਵਾਰ ਵਾਸਤੇ ਵੀ ਆਪਣਾ ਰਸਤਾ ਬੰਦ ਕਰ ਲਿਆ ਦੇਖੋ ਰਣਵੀਰ ਜੀ ਇਹ ਤਾਂ ਸਟੂਡੈਂਟਸ ਵੀ ਅੱਜ ਕੱਲ੍ਹ ਕਿਸੇ ਨਾ ਕਿਸੇ ਕੰਫਰਟ ਜ਼ੋਨ 'ਚ ਹੈਗਾ ਇੱਕ ਆਪਾਂ ਕਹਿ ਦਿੰਦੇ ਕੰਸਲਟੈਂਟ ਵੱਲੋਂ ਇਹ ਚੀਜ਼ਾਂ ਕ੍ਰੀਏਟ ਕੀਤੀਆਂ ਗਈਆਂ ਪੈਕੇਜ ਦਿੱਤਾ ਗਿਆ ਜੇ ਕੰਸਲਟੈਂਟ ਨੇ ਪੈਕੇਜ ਦਿੱਤਾ ਉਹ ਆਪਣੇ ਸੇਫਟੀ ਪੁਆਇੰਟ ਆਫ ਵਿਊ ਨਾਲ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹਿਡਨ ਰੱਖ ਰਿਹਾ ਪਰ ਕਿਤੇ ਨਾ ਕਿਤੇ ਸਟੂਡੈਂਟ ਵੀ ਉਸ ਚੀਜ਼ ਦਾ ਕੰਫਰਟ ਦਾ ਜਿਹੜਾ ਉਹ ਹਿੱਸਾ ਬਣ ਰਿਹਾ ਕਿ ਮੈਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਮੇਰੀ ਪ੍ਰੋਫਾਈਲ ਦੇ ਨਾਲ ਜੋ ਮਰਜ਼ੀ ਕਰੋ ਕਿਉਂਕਿ ਉਹਦੇ ਵੱਲੋਂ ਹੀ ਸ਼ੋਰਟੀ ਜਿਹੜੀ ਆ ਕਮਾਂਡ ਦਿੱਤੀ ਗਈ ਹੈ ਸਟੂਡੈਂਟ ਵੱਲੋਂ ਤਾਂ ਹੀ ਕੰਸਲਟੈਂਟ ਉਹਦੇ ਉੱਤੇ ਵਰਕਆਊਟ ਕਰ ਰਿਹਾ ਜੇ ਮੈਂ ਅੱਗੇ ਗੱਲ ਕਰਾਂ ਬੱਚੇ ਦੀ ਕਿ ਫਰਦਰ ਉਹ ਕੀ ਕਰੂਗਾ ਸਭ ਤੋਂ ਪਹਿਲਾਂ ਬੱਚੇ ਆਪਣੇ ਆਈਲੈਟਸ ਦੇ ਉੱਤੇ ਫੋਕਸ ਕਰ ਦੂਸਰੀ ਗੱਲ ਆ ਕਿ ਆਪਣੀ ਇੱਕ ਵਾਰ ਰਿਫਿਊਜ਼ਨ ਆਉਣ ਤੋਂ ਬਾਅਦ ਨੋਨ ਐਸ ਡੀ ਐਸ ਕੈਟਾਗਰੀ 'ਚ ਵੀਜ਼ਾ ਲਿਆ ਜਾ ਸਕਦਾ ਹੈ ਪਰ ਵਾਰ ਵਾਰ ਇਹ ਨਹੀਂ ਕਿ ਮੈਂ ਕਹਿੰਦੀ ਨੋਨ ਐਸ ਡੀ ਐਸ ਕੈਟਾਗਰੀ 'ਚ ਇੱਕ ਵਾਰ ਅਪਲਾਈ ਕਰਕੇ ਦੂਜੀ ਵਾਰ ਫਿਰ ਆਪਾਂ ਚਾਂਸ ਲਵਾਂਗੇ ਦੂਸਰੀ ਗੱਲ ਆ ਕਿ ਇਫ ਨੋਟ ਅਪਲਾਈ ਹੋਣਗੇ ਉਹਦੇ ਵਿੱਚ ਤੁਹਾਡੀ ਰਿਫਿਊਜ਼ਲ ਦਾ ਰੀਜ਼ਨ ਜਾਣਿਆ ਜਾਊਗਾ ਪ੍ਰੋਪਰ ਪੇਪਰ ਵਰਕ ਸਾਨੂੰ ਲੈਣਾ ਪਊਗਾ ਅੰਬੈਸੀ ਦੇ ਵਿੱਚੋਂ ਫਿਰ ਜਾ ਕੇ ਅਸੀਂ ਇਹਦੇ ਉੱਤੇ ਵਰਕਆਊਟ ਕਰਾਂਗੇ ਅਤੇ ਨਾਲ ਦੀ ਨਾਲ ਪੈਰਲਾ ਤੁਹਾਨੂੰ ਆਈਲੈਟਸ ਇੰਪਰੂਵ ਕਰਨਾ ਚਾਹੀਦਾ ਦੈਨ ਅੱਗੇ ਸਾਡੇ ਕੋਲ ਆਉਣਾ ਚਾਹੀਦਾ ਇਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਨੂੰ ਰਿਫਿਊਜ਼ਲ ਦਾ ਰੀਜ਼ਨ ਨਹੀਂ ਪਤਾ ਕਿ ਮੈਂ ਦੁਬਾਰਾ ਅਪਲਾਈ ਕਰ ਸਕਦੀ ਹਾਂ ਇਸੇ ਆਈਲੈਟਸ ਸਕੋਰ 'ਤੇ ਕਰ ਸਕਦੀ ਹਾਂ ਕਿਵੇਂ ਹੋਊਗਾ ਇਹਨਾਂ ਦੇ ਸਾਰਿਆਂ ਦੇ ਜਵਾਬ ਤੁਹਾਡੇ ਕੋਲ ਆਪ ਨੇ ਜਿੰਨਾ ਚਿਰ ਤੁਹਾਡੇ ਕੋਲ ਰਿਫਿਊਜ਼ਲ ਦਾ ਰੀਜ਼ਨ ਨਹੀਂ ਪਤਾ ਕਿਸ ਬੇਸ 'ਤੇ ਆਪਾਂ ਦੁਬਾਰਾ ਅਪਲਾਈ ਕਰਾਂਗੇ ਕੀ ਬੇਸ ਆ ਆਪਣਾ ਨਾਲ ਦੀ ਨਾਲ ਪੈਰਲਰ ਜਿਹੜੀ ਤੁਹਾਡੇ ਲਈ ਮੇਰੀ ਇੱਕ ਐਡਵਾਈਸ ਆ ਆਈਲੈਟਸ ਸਕੋਰ ਨੂੰ ਇੰਪਰੂਵ ਕਰੋ ਔਰ ਨਾਲ ਆਪਣੀ ਇੱਥੇ ਕੋਈ ਸਟੱਡੀ ਵੀ ਸਟਾਰਟ ਕਰੋ ਅਤੇ ਉਹਨੇ 'ਚ ਕੇਪਸ ਨੋਟਸ ਅਪਲਾਈ ਕਰਕੇ ਨਾਲ ਦੀ ਨਾਲ ਰੀਜ਼ਨ ਜਾਣਨ ਦਾ ਕੋਸ਼ਿਸ਼ ਕਰੋ ਨਹੀਂ ਤਾਂ ਆਪਣਾ ਕੰਟਰੀ ਚੇਂਜ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਯੂਕੇ ਵੀ ਇਸ ਟਾਈਮ ਅੱਛੇ ਜਿਹੜੇ ਵੀਜ਼ਾਸ ਦੇ ਰਿਹਾ ਅੱਛਾ ਸਕਸੈਸ ਰੇਟ ਹੈ ਥੋੜ੍ਹਾ ਇੱਕ ਵਾਰ ਦੱਸਿਓ ਜੀ ਕਿਸੇ ਦਾ ਭਲਾ ਹੋ ਸਕੇ ਜੇ 5.5 ਤੁਹਾਡਾ ਵੀਜ਼ਾ ਆਇਆ ਜੋ ਤੁਸੀਂ ਪਾਏ ਸੋਸ਼ਲ ਮੀਡੀਆ ਦੇ ਉੱਪਰ ਕਿਊਬਿਕ ਦੇ ਵਿੱਚ ਕੀ ਐਲੀਜੀਬਿਲਟੀਜ਼ ਹੈ ਔਰ ਇਨਟੇਕ ਕਿਹੜਾ ਹੈਗਾ ਇਸ ਦੇਖੋ ਰਣਵੀਰ ਜੀ ਸਤੰਬਰ ਇਨਟੇਕ ਲਈ ਵੀ ਸਾਡੇ ਕੋਲ ਸੀਟਸ ਕੁਛ ਅਵੇਲੇਬਲ ਹੈਗੀਆਂ ਨੇ ਜਿਵੇਂ ਬੱਚਾ ਆ ਜਾਂਦਾ ਸਾਡੇ ਕੋਲ 60% ਤੋਂ ਲੈ ਕੇ 80% ਦੇ ਵਿੱਚ ਵਾਲਾ ਜਿਹਦੇ 5.5 ਨੇ ਇੱਕ 'ਚੋਂ 2 'ਚੋਂ 5.5 ਨੇ ਅਤੇ ਉਹਦੇ ਲਈ ਕੋਰਸਿਸ ਸਾਨੂੰ ਦੇਖਣੇ ਪੈਣਗੇ ਕਿਹੜੇ ਨੇ ਕਿਹੜੇ ਸਬਜੈਕਟ ਨਾਲ ਉਹਨੇ ਪਲੱਸ ਟੂ ਕੀਤੀ ਆ ਅਤੇ 2 'ਚੋਂ 5.5 1 'ਚੋਂ 5.5 ਵਾਲੇ ਬੱਚੇ ਅਪਲਾਈ ਕਰ ਸਕਦੇ ਨੇ ਐਡਮਿਸ਼ਨ ਲੈ ਸਕਦੇ ਨੇ ਦੂਸਰੀ ਗੱਲ ਆ ਪ੍ਰੋਪਰ ਤਰੀਕੇ ਨਾਲ ਜਿੰਨਾ ਚਿਰ ਉਹ ਪ੍ਰੋਫਾਈਲ ਦੇ ਉੱਤੇ ਵਰਕਆਊਟ ਨਹੀਂ ਕਰਨਗੇ ਪ੍ਰੋਪਰ ਤਰੀਕੇ ਨਾਲ ਪੇਪਰ ਵਰਕ ਨਹੀਂ ਕਰਨਗੇ ਵੀਜ਼ਾ ਨਹੀਂ ਲਿਆ ਜਾ ਸਕਦਾ ਜਿੰਨੇ ਵੀ ਅਸੀਂ ਵੀਜ਼ਾਸ ਲਏ ਨੇ ਨੋਨ ਐਸ ਟੀ ਐਸ ਕੈਟਾਗਰੀ ਦੇ ਅੰਡਰ ਲਏ ਨੇ 1 'ਚੋਂ 5.5 2 'ਚੋਂ 5.5 ਵਾਲੇ ਆ ਬੱਚਿਆਂ ਦੇ ਬਟ ਜਿਹੜਾ ਅਸੀਂ ਵਰਕਆਊਟ ਕੀਤਾ ਹੈ ਜੋ ਅਸੀਂ ਫੋਲੋ ਕੀਤਾ ਸਿਸਟਮ ਉਹ ਪ੍ਰੋਪਰ ਐਸ ਡੀ ਐਸ ਕੈਟਾਗਰੀ ਨੂੰ ਫੋਲੋ ਕਰਦਿਆਂ ਹੋਇਆ ਜੀ ਆਈ ਸੀ ਕਰਾ ਕੇ ਟਿਊਸ਼ਨ ਫੀਸ ਪੇ ਕਰਕੇ ਦੈਨ ਅਸੀਂ ਵੀਜ਼ਾਸ ਲਏ ਨੇ ਕੋਈ ਵੀ ਇਹਦੇ ਵਿੱਚ ਪੈਕੇਜ ਨਹੀਂ ਹੈ ਕੋਈ ਟਿਊਸ਼ਨ ਫੀਸ ਆਫਟਰ ਵੀਜ਼ਾ ਨਹੀਂ ਹੈ ਕੋਈ ਇਹ ਨਹੀਂ ਕਿ ਜੀ ਆਈ ਸੀ ਦੇ ਦਿੱਤਾ ਕਿ ਫੰਡ ਨਹੀਂ ਦਿੱਤੇ ਪ੍ਰੋਪਰ ਤਰੀਕੇ ਨਾਲ ਵਰਕਆਊਟ ਕਰਕੇ ਪ੍ਰੋਪਰ ਸਿਸਟਮ ਨੂੰ ਸਮਝ ਕੇ ਹੀ ਵੀਜ਼ਾਸ ਲਏ ਜਾ ਸਕਦੇ ਜੀ ਗੁਰਪ੍ਰੀਤ ਜੀ ਤੁਸੀਂ ਦੱਸ ਰਹੇ ਸੀ ਆਫ ਦਾ ਰਿਕਾਰਡ ਕਿ ਤੁਹਾਡਾ ਅਤੇ ਹੋਰ 2-3 ਕੰਪਨੀਆਂ ਪੰਜਾਬ ਦੇ ਵਿੱਚ ਜਿਹੜੀਆਂ ਕਿ ਲਾਇਸੈਂਸ ਹੈਗਾ ਔਰ ਯੂਰਪ ਦੇ ਵਿੱਚ ਵਰਕਫੋਰਸ ਦੀ ਜੋ ਡਿਮਾਂਡ ਆਉਂਦੀ ਹੈ ਤੁਹਾਡੇ ਕੋਲ ਆਉਂਦੀ ਹੈਗੀ ਹੈ ਕਿਹੜੀ ਹੁਣ ਡਿਮਾਂਡ ਇਸ ਵਕਤ ਇਟਲੀ ਤੋਂ ਆਈ ਹੋਈ ਹੈ ਇਟਲੀ ਤੋਂ ਰਣਵੀਰ ਜੀ ਸਾਡੇ ਕੋਲ ਜਿਹੜੀ ਡਿਮਾਂਡ ਆ ਉਹ ਵੈਲਡਰ ਦੇ ਲਈ ਹੈਗੀ ਆ 10th+2 ਬੱਚੇ ਦੀ ਕੀਤੀ ਹੋਣੀ ਚਾਹੀਦੀ ਹੈ ਪੀ ਸੀ ਸੀ ਬੱਚਾ ਸਾਨੂੰ ਕਰਾ ਕੇ ਦਊਗਾ 2 ਸਾਲ ਦਾ ਸਾਡੇ ਕੋਲ ਵਰਕ ਪਰਮਿਟ ਅਵੇਲੇਬਲ ਆ ਅਤੇ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਬੱਚੇ ਨੂੰ ਅਤੇ ਉਹਦੇ ਵਿੱਚ ਬੱਚੇ ਦੀ ਜਿਹੜਾ ਉੱਥੇ ਰਹਿਣ ਦਾ ਜਿਹੜਾ ਹੈਗਾ ਉਹ ਫਰੀ ਆਫ ਕੋਸਟ ਕੰਪਨੀ ਵੱਲੋਂ ਦਊਗੀ ਅਤੇ 1400 ਯੂਰੋ ਜਿਹੜੀ ਬੱਚੇ ਦੀ ਸੈਲਰੀ ਹੋਊਗੀ ਅਤੇ ਐਕਸਟਰਨਲ ਆਫ ਜਿਹੜਾ ਅਫੇਅਰ ਤੋਂ ਲਾਇਸੈਂਸ ਆ ਸਾਡੀ ਲਾਇਸੈਂਸ ਸ਼ੁਦਾ ਕੰਪਨੀ
ਕੰਪਨੀ ਆ, ਵਰਕ ਪਰਮਿਟ ਦੀ ਸਲਾਹ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲ, ਔਰ ਵਰਕ ਪਰਮਿਟ ਦੇ ਲਈ ਕਿਸੇ ਵੀ ਕੰਟਰੀ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਸੀਂ ਸਾਡੇ ਥਰੂ ਅਪਲਾਈ ਵੀ ਕਰ ਸਕਦੇ ਹੋ ਜੀ। ਹੈਲੋ ਹੈਲੋ ਹਾਂਜੀ ਹੈਲੋ ਸਰ, ਮੈਂ ਨਾ ਕਿਸੇ ਯੂਕੇ ਦਾ ਅਪਲਾਈ ਕਰਨਾ ਸੀਗਾ, ਮੇਰੇ ਨਾਲ 12th ਆ ਜਿਹੜੀ ਉਹ 2013 ਚ ਹੋਈ ਆ, 2013 ਦਾ ਗੈਪ ਆ। ਹਾਂਜੀ जवाब दे रहे हो ਪ੍ਰੋਪਰ ਸਮਝੋ ਚੀਜ਼ ਨੂੰ। ਸ਼ੋਰਟ ਟਰਮ ਵੀਜ਼ਾ ਵੀ ਯੂਕੇ ਇਸ ਟਾਈਮ ਦੇ ਰਿਹਾ, ਸਕਸੈਸ ਰੇਟ ਹਾਈ ਹੈ, ਵੀਜ਼ਾ ਲੈ ਸਕਦੇ ਹੋ, ਬਟ ਕਿਹੜੇ ਸਿਸਟਮ ਨੂੰ, ਕਿਹੜੇ ਡਾਕੂਮੈਂਟਸ ਨੂੰ, ਕਿਹੜੇ ਪੇਪਰ ਵਰਕ ਨੂੰ ਫੋਲੋ ਕਰਨਾ ਪਊਗਾ, ਉਹਨਾਂ ਚੀਜ਼ਾਂ ਨੂੰ ਜ਼ਿਆਦਾ ਸਮਝਣ ਦੀ ਸਾਨੂੰ ਜ਼ਰੂਰਤ ਆ। ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ, ਯੂਕੇ ਚਾਹੇ ਤੁਹਾਡਾ 10 ਸਾਲ ਦਾ ਗੈਪ ਆ ਤਾਂ ਵੀ ਅਪਲਾਈ ਕਰ ਸਕਦੇ ਹੋ। 22 ਦਿਨ ਪੁਰਾਣੇ ਤੁਹਾਡੇ ਜਿਹੜੇ ਉਹ ਫੰਡ ਚਾਹੀਦੇ ਆ, ਟਿਊਸ਼ਨ ਫੀਸ ਜਿਹੜੀ ਆ ਤੁਸੀਂ ਉਹ ਪੇ ਕਰਕੇ ਜਾਓਗੇ, ਕੋਈ ਆਫਟਰ ਟਿਊਸ਼ਨ ਫੀਸ ਪੇ ਕਰਨ ਵਾਲਾ ਆਪਸ਼ਨ ਨਹੀਂ ਹੈ। ਸ਼ੋਰਟ ਟਰਮ ਵੀਜ਼ਾ ਲੈ ਕੇ ਜਾਇਆ ਜਾ ਸਕਦਾ, ਉੱਥੇ ਜਾ ਕੇ ਬੱਚੇ ਇਸ ਟਾਈਮ ਵਰਕ ਪਰਮਿਟ ਵੀ ਕਨਵਰਟ ਕਰ ਆ ਰਹੇ ਨੇ ਜਿਹੜੇ ਸ਼ੋਰਟ ਟਰਮ ਵੀਜ਼ਾ 'ਤੇ ਜਾ ਰਹੇ ਨੇ, ਅਤੇ ਬਾਕੀ ਯੂਕੇ ਦੀਆਂ ਸਾਡੇ ਕੋਲ ਵਰਕ ਪਰਮਿਟ ਦੀਆਂ ਵੀ ਆਪਸ਼ਨਸ ਹੈਗੀਆਂ ਨੇ। ਦੈਨ ਜਦੋਂ ਤੁਸੀਂ ਸਾਡੇ ਕੋਲ ਕਾਉਂਸਲਿੰਗ 'ਚ ਬੈਠੋਗੇ ਉਸ ਟਾਈਮ ਅਸੀਂ ਸਾਡੇ ਕੋਲ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਜਿਵੇਂ ਫੋਰ ਐਗਜ਼ਾਮਪਲ 13 ਦਾ ਬੱਚਾ ਹੈ, ਹੋ ਸਕਦਾ ਨਾ ਕੋਈ ਐਕਸਪੀਰੀਅੰਸ ਹੋ, ਹਾਂਜੀ, ਉਹ ਡਾਇਰੈਕਟ ਵਰਕ ਪਰਮਿਟ ਵੀ ਹੋ ਸਕਦਾ। ਬਿਲਕੁਲ ਡਾਇਰੈਕਟ ਵਰਕ ਪਰਮਿਟ ਵੀ ਹੋ ਸਕਦਾ ਯੂਕੇ ਦਾ, ਇਸ ਕਰਕੇ ਜਦੋਂ ਤੁਸੀਂ ਆਪਣਾ ਪੇਪਰ ਵਰਕ ਲੈ ਕੇ ਆਓਗੇ, ਜਦੋਂ ਸਾਡੇ ਕੋਲ ਬੈਠੋਗੇ, ਕਾਉਂਸਲਿੰਗ ਟੀਮ ਤੁਹਾਡੀ ਕਾਉਂਸਲਿੰਗ ਕਰੂਗੀ, ਫਿਰ ਤੁਹਾਡੇ ਪ੍ਰੋਫਾਈਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿੱਥੇ ਅਪਲਾਈ ਕਰਕੇ, ਕਿਹੜੇ ਕੈਟਾਗਰੀ 'ਚ ਅਪਲਾਈ ਕਰਕੇ ਸਟੱਡੀ ਕਰਨਾ ਪਏਗਾ ਜਾਂ ਵਰਕ ਕਰਨਾ ਪਏਗਾ, ਕਿਹਦੇ ਵਿੱਚ ਅਪਲਾਈ ਕਰਕੇ ਵੀਜ਼ਾ ਲਿਆ ਜਾ ਸਕਦਾ। ਹੈਲੋ ਹੈਲੋ ਜੀ ਹੈਲੋ ਹਾਂਜੀ, ਆਵਾਜ਼ ਆ ਰਹੀ ਹੈ, ਤੁਸੀਂ ਆਪਣਾ ਸਵਾਲ ਪੁੱਛੋ। ਹਾਂਜੀ ਸਰ, ਮੈਂ ਆਪਣੀ ਪ੍ਰੋਫਾਈਲ ਲਿਖ ਕੇ ਕਰਨੀ ਸੀ ਤੁਹਾਡਾ। ਕਰੋ ਜੀ ਕਰੋ ਜੀ। ਹਾਂਜੀ ਸਰ, ਪਲੱਸ ਟੂ ਕੀਤੀ ਹੈ ਮੈਂ 2022 ਚ। ਹਾਂਜੀ, 75% ਮਾਰਕਸ ਆ ਮੇਰੇ। ਨੋਨ ਮੈਡੀਕਲ ਮੈਂ ਕੀਤੀ ਹੈ ਸਰ ਜੀ, ਬਟ ਸਰ ਮੇਰਾ 1 ਸਾਲ ਦਾ ਗੈਪ ਪੈ ਗਿਆ ਹੁਣ ਤੱਕ 2023 ਤੱਕ ਦਾ ਜੀ। ਹਾਂਜੀ, ਮੈਂ ਹੁਣ ਸੋਚ ਰਹੀ ਸੀ ਕਿ ਆਸਟ੍ਰੇਲੀਆ ਦਾ ਕਰਾਂ ਜਾਂ ਕੈਨੇਡਾ ਦਾ ਕਰਾਂ, ਓਵਰਆਲ ਤਾਂ ਮੇਰੇ 6.5 ਨੇ ਆਈਲੈਟਸ ਚੋਂ। ਤੁਹਾਨੂੰ ਗੈਪ ਤੋਂ ਡਰ ਲੱਗ ਰਿਹਾ ਕਿ ਰਿਫਿਊਜ਼ ਨਾ ਹੋ ਜਾਵੇ ਜੀ? ਗੁਰਪ੍ਰੀਤ ਜੀ ਦੱਸਿਓ ਉਹਨੂੰ। ਬਿਲਕੁਲ, ਤੁਸੀਂ ਕੈਨੇਡਾ ਦਾ ਅਪਲਾਈ ਕਰੋ, ਆਸਟ੍ਰੇਲੀਆ ਗੈਪ ਵਾਲੇ ਬੱਚਿਆਂ ਨੂੰ ਅਸੈਪਟ ਨਹੀਂ ਕਰ ਰਿਹਾ, ਅਤੇ ਵੈਸੇ 2022 ਵਾਲੇ ਜਿਹੜੇ ਬੱਚੇ ਉਹਨਾਂ ਦੀ ਐਡਮਿਸ਼ਨਸ ਹੋ ਰਹੀਆਂ ਨੇ, ਅਤੇ ਤੁਸੀਂ ਆਪਣੀ ਗੈਪ ਜਸਟੀਫਿਕੇਸ਼ਨ ਤੁਹਾਨੂੰ ਦੇਣੀ ਪਊਗੀ, ਕਿਉਂਕਿ ਸਟ੍ਰਿਕਟ ਆ ਆਸਟ੍ਰੇਲੀਆ, ਆਸਟ੍ਰੇਲੀਆ 'ਚ ਅਪਲਾਈ ਕਰਕੇ ਵੀਜ਼ਾ ਲਿਆ ਜਾ ਸਕਦਾ, ਬਟ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡਾ 1 ਸਾਲ ਦਾ ਗੈਪ ਪੈ ਗਿਆ, ਮੈਨੂੰ ਲੱਗਦਾ ਤੁਹਾਡੇ ਕੋਲ ਜਸਟੀਫਿਕੇਸ਼ਨ ਨਹੀਂ ਹੈਗੀ, ਤੁਸੀਂ ਕੈਨੇਡਾ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। SDS ਕੈਟਾਗਰੀ ਦੇ ਅੰਡਰ ਤੁਹਾਡਾ ਕੇਸ ਆ, ਬਹੁਤ ਅੱਛਾ ਕੇਸ ਆ, 6E ਚਾਈਲਡ ਸਕੋਰ ਵੀ ਹੈਗੇ ਨੇ, ਓਵਰਆਲ 6.5 ਤੁਸੀਂ ਬੋਲਿਆ, ਅਤੇ ਅਪਲਾਈ ਕਰਕੇ SDS ਕੈਟਾਗਰੀ 'ਚ ਤੁਸੀਂ ਈਜ਼ੀਲੀ ਵੀਜ਼ਾ ਲੈ ਸਕਦੇ ਹੋ। ਕਿਹੜਾ ਨੇੜ ਦਾ ਇਨਟੇਕ ਹੈ ਤੁਹਾਡੇ ਕੋਲ ਕੈਨੇਡਾ? ਸਪਟੰਬਰ ਇਨਟੇਕ 'ਚ ਵੀ ਸਾਡੇ ਕੋਲ ਸੀਟਸ ਅਵੇਲੇਬਲ ਨੇ, ਨਹੀਂ ਤਾਂ ਫਿਰ ਰਣਵੀਰ ਜੀ ਸਾਰੇ ਹੁਣ ਇਸ ਟਾਈਮ ਜਨਵਰੀ ਇਨਟੇਕ ਤੋਂ ਓਪਨ ਹੋ ਹੀ ਚੁੱਕੇ ਨੇ, ਯੂਨੀਵਰਸਿਟੀਜ਼ ਕਾਲਜਿਸ ਨੇ ਸਾਨੂੰ ਉੱਥੋਂ ਆਪਸ਼ਨਸ ਭੇਜਣੀਆਂ ਸਟਾਰਟ ਕਰ ਦਿੱਤੀਆਂ ਨੇ। ਜੇ ਤਾਂ ਤੁਹਾਡੇ ਕੋਲ ਸਾਰਾ ਕੁਝ ਰੈਡੀ ਹੈ, ਤੁਸੀਂ ਲੱਗਦਾ ਕਿ 1 ਵੀਕ ਦੇ ਅੰਦਰ ਅੰਦਰ ਤੁਸੀਂ ਅਪਲਾਈ ਕਰ ਲਓਗੇ, ਤਾਂ ਸਪਟੰਬਰ ਇਨਟੇਕ ਸਾਡੇ ਕੋਲ ਅਵੇਲੇਬਲ ਹੈ। ਗੁਰਪ੍ਰੀਤ ਜੀ, ਕੁਝ ਖਾਸ ਫੋਨ ਹਲੇ ਵੀ ਆ ਰਹੇ ਨੇ, ਆਪਾਂ ਚੱਕਾਂਗੇ ਨੇ, ਸਮਾਂ 1 ਮਿੰਟ ਦਾ ਹੀ ਹੈ। ਜਿਵੇਂ ਤੁਸੀਂ ਕਲਚਰਲ ਐਕਸਚੇਂਜ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ, ਕੈਨੇਡਾ 1 ਮਡਿਊਲ 5.5 ਦੀ ਗੱਲ ਕਰ ਰਹੇ ਸੀ, CFC ਵੱਲੋਂ ਕੋਈ ਸਟੂਡੈਂਟਸ ਲਈ? ਰਣਵੀਰ ਜੀ, ਸਾਡੇ ਕੋਲ ਟੂਰਿਸਟ ਦੀ ਵੀ ਆਪਸ਼ਨ ਹੈਗੀ ਆ ਕਿ ਜਿਹਦੇ ਵਿੱਚ ਤੁਸੀਂ ਕੋਈ ਪੈਸਾ ਸਾਨੂੰ ਪਹਿਲਾਂ ਨਹੀਂ ਦੇਣਾ ਕੈਨੇਡਾ ਦੇ ਲਈ, ਅਤੇ ਸਾਰੇ ਪੈਸੇ ਜਿਹੜੇ ਆਫਟਰ ਵੀਜ਼ਾ ਤੁਸੀਂ ਦੇਣੇ ਆ, ਉਹ ਵੀ ਆਪਸ਼ਨ ਹੈਗੀ ਆ। ਵਰਕ ਪਰਮਿਟ ਦੀਆਂ ਵੀ ਕੈਨੇਡਾ ਸਾਡੇ ਕੋਲ ਆਪਸ਼ਨਸ ਹੈਗੀਆਂ, ਯੂਕੇ ਵਿੱਚ ਵੀ ਹੈਗੀਆਂ ਆਪਸ਼ਨ ਸਾਡੇ ਕੋਲ ਵਰਕ ਪਰਮਿਟ ਦੀਆਂ, ਹਰ ਕੰਟਰੀ ਦੇ ਵਿੱਚ ਮਤਲਬ ਸਾਡੇ ਕੋਲ ਆਪਸ਼ਨ ਹੈਗੀ ਹਰ ਕੰਟਰੀ ਦੀ। ਤੁਸੀਂ ਇਟਲੀ ਵੀ ਅਪਲਾਈ ਕਰਕੇ ਵਰਕ ਪਰਮਿਟ 'ਤੇ ਜਾ ਸਕਦੇ ਹੋ, ਅਤੇ ਹੁਣ ਇਹ ਜਿਹੜਾ ਸਾਡੇ ਕੋਲ ਇੱਥੇ ਬੈਠ ਕੇ ਸਮਾਂ ਹੁੰਦਾ, ਉਸ ਟਾਈਮ ਸਾਰੇ ਪ੍ਰੋਡਕਟ ਨੂੰ ਕਲੀਅਰ ਕਰਨਾ, ਪ੍ਰੋਪਰ ਤਰੀਕੇ ਨਾਲ ਬਰੀਫਿੰਗ ਕਰਨਾ ਈਜ਼ੀ ਨਹੀਂ ਹੈ। ਤੁਸੀਂ ਕੰਪਨੀ ਦੇ ਵਿੱਚ ਵਿਜ਼ਿਟ ਕਰਕੇ ਅੱਛੇ ਤਰੀਕੇ ਨਾਲ ਕਾਉਂਸਲਿੰਗ ਲੈ ਕੇ ਚੀਜ਼ਾਂ ਸਮਝ ਸਕਦੇ ਹੋ। ਸਪਟੰਬਰ ਇਨਟੇਕ ਸਾਡੇ ਕੋਲ ਬਹੁਤ ਘੱਟ ਸੀਟਸ ਬਚੀਆਂ ਨੇ, ਅੱਗੇ ਜੇ ਮੈਂ ਗੱਲ ਕਰਾਂ ਜਨਵਰੀ ਦੇ ਲਈ ਕੈਨੇਡਾ ਦੀ, ਤਾਂ ਜਨਵਰੀ ਸਟਾਰਟ ਹੋ ਚੁੱਕਿਆ, ਉਹਦੇ ਵਿੱਚ ਵੀ ਤੁਸੀਂ ਐਡਮਿਸ਼ਨ, ਜਿਹੜੇ ਬੱਚੇ ਅਪੀਅਰ ਹੋ ਰਹੇ ਨੇ ਇੱਥੇ ਪਲੱਸ ਟੂ 'ਚ ਇਸ ਟਾਈਮ, ਉਹ ਵੀ ਐਡਮਿਸ਼ਨ ਆਪਣੀ ਪਲਾਨ ਕਰ ਸਕਦੇ। ਗੁਰਪ੍ਰੀਤ ਜੀ ਤੁਹਾਡਾ ਸ਼ੁਕਰੀਆ। ਤੁਸੀਂ ਵੱਖ ਵੱਖ, ਚਾਹੇ ਇਟਲੀ ਹੈ, ਯੂਕੇ ਹੈ, ਵਰਕ ਪਰਮਿਟ ਹੈ, ਸਟੱਡੀ ਹੈ, ਟੂਰਿਸਟ ਹੈ, ਸਾਰੇ ਵੀਜ਼ਾਸ ਦੀ ਜਾਣਕਾਰੀ ਦਿੱਤੀ, ਔਰ ਵਿਦਿਆਰਥੀਆਂ ਦੇ ਫੋਨ 'ਤੇ ਵੀ ਸਵਾਲਾਂ ਦੇ ਜਵਾਬ ਦਿੱਤੇ। ਕਈਆਂ ਦੇ ਕਾਲ ਨਹੀਂ ਲੱਗੀ, ਕਈਆਂ ਦੇ ਅਸੀਂ ਪਿਕ ਨਹੀਂ ਕਰ ਪਾਏ, ਕਈਆਂ ਦੇ ਸਵਾਲ ਅੱਧ ਅਧੂਰੇ ਰਹਿ ਗਏ ਹੋਣਗੇ, ਤਾਂ ਨੰਬਰ ਫਲੈਸ਼ ਕੀਤਾ ਜਾ ਰਿਹਾ ਇਸ ਨੰਬਰ ਦੇ ਉੱਪਰ, ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।